ਸਗੀਰ ਖਾਨ ਨੇ ਕਿਸੇ ਵਪਾਰੀ ਕੋਲ ਖੱਲੀ ਆਉਂਦੀ ਨਾ, ਹਾਂਜੀ ਉਸੇ ਦਾ 12 ਲੱਖ ਵੇਲੇ 15 ਲੱਖ ਮੰਗਣਾ ਹੈ। ਹਾਂਜੀ ਆਪਣੀਆਂ ਡਿਮਾਂਡਾਂ ਜਾਇਜ਼ ਹੁੰਦੀਆਂ ਤੇ ਮੇਰੇ ਨਾਲ ਬੰਦੇ ਇਸ ਤਰ੍ਹਾਂ ਹੀ ਕਰਦੇ ਨੀ ਸਗੀਰ ਖਾਨ, ਹਾਂ ਜਿਨ੍ਹਾਂ ਨੂੰ ਸਮਝ ਹੋਵੇ ਜਾਨਵਰ ਦੀ, ਹਾਂ ਉਹ ਆ ਦਿਨ ਬਾਈ ਜੀ ਤੂੰ ਭੇਜ ਦੇ ਅੱਛਾ ਜਿਹੜੀ ਡਿਮਾਂਡ ਤੁਸੀਂ ਕੀਤੀ ਹੈ ਨਾ, ਹਾਂਜੀ ਕਿਰਾਇਆ ਸਿਰਫ ਸਾਨੂੰ ਛੱਡ ਦੇ, ਹਾਂਜੀ ਸਾਰੇ ਮੁਕੰਮਲ ਤੇ ਇਹਨੂੰ ਭੇਜਦੇ ਪਏ ਤੇ ਸਿਰਫ ਜਿਹੜਾ ਨਾ ਕਿਰਾਇਆ ਤੂੰ ਆਪ ਭਰਨਾ ਵੇ। ਅੱਛਾ ਤੇ ਮੋੜਨ ਜੇ ਸਿਰ ਕੇ ਆ ਖਪਾਵਣਾ ਉਹਨਾਂ ਨੂੰ ਗਲਤ ਡੀਲ ਕਿਉਂ ਕਰਨਾ, ਜਾਨਵਰ ਜੋ ਹੈ ਮੇਰਾ ਇਤਨੇ ਪੈਸਿਆਂ ਦਾ, ਉਹਦੇ ਵਿੱਚ 50,000 ਬੰਦਾ ਵੱਧ ਦੱਸ ਲੈਂਦਾ ਵੇ, ਹਾਂ ਉਹਦੇ ਵਿੱਚ ਜਿਹੜਾ ਹੈ ਵੇਖਣ ਵਾਲਾ ਨਵਾਂ ਬੰਦਾ ਉਹਦਾ ਤੂੰ ਇਤਰਾ ਕੱਢ ਦਿੰਦੇ ਮੈਨੂੰ ਪੈਸੇ ਮੰਗ ਕੇ, ਉਹ ਨਵਾਂ ਬੰਦਾ ਤਾਂ ਸ਼ੋਦਾ ਗੱਲ ਹੀ ਨਹੀਂ ਕਰ ਸਕਦਾ ਵੀ ਮੈਂ ਹੁਣ ਇਹਨਾਂ ਨੂੰ ਮੁੱਲ ਕੀ ਆਖਾਂ। ਜਿਹੜਾ ਹੈ ਬਾਈ ਜੀ ਜਾਣਨ ਵਾਲਾ ਬੰਦਾ, ਮੇਰੇ ਨਾਲ ਹਕੀਕਤ ਇਹ ਗੱਲ ਹੈ, ਸਗੀਰ ਖਾਨ ਉਸ ਰੋਲਾ ਹੀ ਕਦੀ ਨਹੀਂ ਪਾਇਆ। ਬਹੁ ਤਿਰਖੀ ਛੂਤਰ ਬਾਦ ਸਪੀਟਰ ਗੋਲੀ, ਇਹ ਨਹੀਂ ਬਈ ਅੰਜ ਆਮ ਰੂਟੀਨ ਨਾਲ ਨਾ, ਬਹੁ ਤਿਰਖੀ ਹੈ ਮੁਕਾਬਲੇ ਵਾਲੀ ਗੋਲੀ ਹੈ ਬਾਈ। ਅਸਲਾਮ ਵਾਲੇਕੁਮ ਬੇਲੀਓ, ਕੀ ਹਾਲ ਚਾਲ ਹੈ? ਖੈਰ ਖਰੀਅਤ ਨਾਲ ਹੈਗੀ, ਉਮੀਦ ਕਰਾਂਗਾ ਕਿ ਸਾਰੇ ਵੇਖਣ ਵਾਲੇ ਠੀਕ ਠਾਕ ਔਰ ਖਰੀਅਤ ਨਾਲ ਹੋਣਗੇ। ਦੋਸਤੋ ਮੌਜੂਦ ਹੈਗੇ ਆ ਹਸਨ ਰਜ਼ਾ ਦੇ ਕੋਲ, 3 ਖੂਬਸੂਰਤ ਗੋਲੀਆਂ ਨੇ ਦੋਸਤਾਂ ਨੂੰ ਵਿਖਾਉਂਦੇ ਹਾਂ, ਡਿਟੇਲ ਸ਼ੇਅਰ ਕਰਨੀ, ਹਸਨ ਰਜ਼ਾ ਦਾ ਰਾਬਤਾ ਨੰਬਰ ਸ਼ੇਅਰ ਕਰਨੀ। ਹਾਂਜੀ ਦੋਸਤੋ, ਹਸਨ ਰਜ਼ਾ ਦੀ ਪਹਿਲੀ ਗੋਲੀ, ਗੋਲੀ ਨੂੰ ਨਜ਼ਰ ਮਾਰੋ, ਸੌਂਗ ਗਾਮ ਜੀ ਬਾਸ ਬਾਸ ਕਰੰਟ ਆਇਲਾ, ਵੇਖੋ ਜੀ ਵੇਖੋ, ਤਸੱਲੀਆਂ ਕਰੋ, ਅੱਖੀ ਵੇਖੋ ਜੋ ਚੰਗਾ ਟੋਰਾ ਟੋਰ ਕੇ ਲਿਆ ਮੈਂ। ਓਏ ਅੱਗੋਂ ਅਗਲਾ ਚੱਕ ਸ਼ੁਰੂ ਹੋ ਜਾਂਦਾ ਜੀ, ਕਿਹੜਾ ਚੱਕ ਹੈ ਬਾਦਲ ਦਾ ਚੱਕ, ਟੋਰ ਕੇ ਲਿਆ ਮੁਖਿਆ। ਮਾਸ਼ਾਅੱਲਾ ਜੀ, ਗੋੜੀ ਦਾ ਟੋਰਾ ਚੈੱਕ ਹੋ ਗਿਆ, ਬਸ ਹੈ ਬਸ ਗੋੜਿਆ ਬਸ। ਲੈ 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 ਜੀ ਡਿਟੇਲ ਦੱਸ। ਹਾਂਜੀ ਦੋਸਤੋ, ਗੋੜੀ ਦਾ ਕੱਦ ਕਰ ਲੈਂਦੇ ਹਾਂ, ਕੀ ਆਂਦਾ ਕਰੰਟ ਆਏ ਹੋਏ ਨਾ। ਪੈਰ ਲਾ ਲਾ ਹੈ ਗੋੜੀ ਦੀ ਕੀ ਉਮਰ ਹੈ? ਉਮਰ 2-4 ਹੈ ਬਾਈ, ਮੂੰਹ ਪੱਟੀ ਵਾਲਾ ਮੂੰਹ ਪਾਟੇ।
ਤਸੱਲੀ ਕਰਾਂ, ਚੋਰੋ ਖੇਰ ਪੜ 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 ਆਵੇ ਰੰਗ ਰੰਗ ਬਾਜੀ ਕੱਕੀ ਮੱਥੇ ਪੱਟਾ ਦੇਸੀ ਹੈ ਪਿਓਰ ਦੇਸੀ ਬਾਜੀ, ਸੀਨੇ ਪੁੱਠੇ ਵਾਲੀ ਬਿਆਨ ਹੈ, ਕਨੌਤੀ ਅੱਛਾ ਚੰਗੀ, ਗਰਦਨ ਹਾਂ ਚੰਗੀ, ਜਾਦਾ ਸੱਜੇ ਪਾਸੇ, ਸੀਨਾ ਚੰਗਾ, ਪੁੱਠਾ ਹਾਂ ਚੰਗਾ, ਸੌਂਬ ਗਾਮਚੀ ਚੰਗਾ ਬਾਜਾ, ਠੀਕ ਹੈ। ਸਗੀਰ ਖਾਨ ਛੂਤਰਬਾਜ਼ ਚੰਗੀ ਛੂਤਰਬਾਜ਼ ਹੈ, ਸਗੀਰ ਖਾਨ ਚੰਗੀ ਤਿਰਖੀ ਛੂਤਰਬਾਜ਼ ਬਿਆਨ ਹੈ। ਅੱਛਾ ਬੜੀ ਸਪੀਟ ਵਾਲੀ ਬਿਆਨ ਹੈ, ਖਾਲੀ ਹੈ ਜਾਂ ਬਣ ਨਹੀਂ ਖਾਲੀ ਹੈ ਬਾਈ ਜਾਨ, ਖਾਲੀ ਹੈ ਉਹ ਤੁਰੇਂਦੇ ਰਹਿਵੇਂ, ਇਹ ਬਾਜੀ ਜਲਸਿਆਂ ਹੀ ਤੁਰਨ ਵਾਲੀ ਬਿਆਨ ਹੈ, ਮੁਕਾਬਲੇ ਵਾਲੀ ਬਿਆਨ ਹੈ, ਜਿਹੜੇ ਆਖਦੇ ਨਾ ਬਾਈ ਕਿ ਚੰਗੀ ਤਿਰਖੀ ਸਾਨੂੰ ਛੂਤਰਬਾਜ਼ ਘੋੜੀ ਚਾਹੀਦੀ ਹੈ, ਇਹ ਚੰਗੀ ਤਿਰਖੀ ਬਿਆਨ ਹੈ। ਅੱਛਾ ਇੱਕ ਤੇ ਹੋਰ ਅੱਲਾ ਕਿਹਾ, ਇਸ ਘੋੜੀ ਦੀ ਵਪਾਰੀ ਸਿਫਤ ਚੰਗੀ ਕਰ ਲਵੇ ਉਹਦਾ ਮੁੱਲ ਵੀ ਢੇਰ ਕਰ, ਬੋਲ ਤੈਨੂੰ ਇਹ ਗੱਲ ਦਾ ਪਤਾ ਹੈ ਕਿ ਸਿਫਤ ਚੰਗੀ ਚੰਗੇ ਜਾਨਵਰ ਦੀ ਤਾਰੀਫ਼ ਕਰਨੀ ਚਾਹੀਦੀ ਹੈ, ਤੇ ਬਹਿੜਾ ਮਧਰ ਉੱਕਾ ਚਾਹੁੰਦਾ ਨਹੀਂ ਜੋ ਬਹਿੜੇ ਜਾਨਵਰ ਨੂੰ ਚਾਹ ਚਾਹ ਕੇ ਉਤਾਂਹ ਕਰੀਏ ਤੇ ਕੋਈ ਆਵੇ ਇੱਥੇ ਤੇ ਢੇਡੇ ਚ ਪਲੂਤੇ ਕੱਢਦਾ ਜਾਵੇ। ਸਹੀ ਗੱਲ, ਜਾਨਵਰ ਅੱਛੇ ਬਾਈ ਜਾ, ਜਾਨਵਰ ਦੀ ਗਾਂਚੀ ਸੋਮ ਪੁੱਠਾ ਸੀਨਾ ਸਾਰਾ ਚੈੱਕ ਕਰਵਾ, ਕਨੌਤੀ ਚੈੱਕ ਕਰਵਾ, ਸਲੋਮਣੀ ਚੈੱਕ ਕਰਵਾ, ਜਾਨਵਰ ਦੇ ਵਿੱਚ ਇਹ ਚੀਜ਼ਾਂ ਖੂਬੀਆਂ ਆਉਂਦੀਆਂ, ਜਿਹੜੇ ਜਾਣਨ ਵਾਲੇ ਬੰਦੇ ਹੁੰਦੇ ਨਾ ਉਹ ਇੱਥੋਂ ਜਜਮੈਂਟ ਕਰ ਲੈਂਦੇ ਨੇ, ਪੂਛਲ ਚੈੱਕ ਕਰਵਾਈ ਨਾਲੇ ਵਾਂਗੇ ਬਾਈ ਜਾਨ, ਪੂਰਾ ਦੇਸੀ ਜਾਨਵਰ ਜਿਵੇਂ ਹੁੰਦੇ ਨਾ ਸਾਰੀਆਂ ਵਰਾਇਟੀਆਂ, ਸਾਰੀਆਂ ਵਰਾਇਟੀਆਂ ਬਿਆਨ ਦੇ ਵਿੱਚ। ਹੁਣ ਇਹਦੀ ਡਿਮਾਂਡ ਦਾ ਡਿਮਾਂਡ ਮੈਂ ਦੀ 6.5 ਲੱਖ ਕਰਦਾ ਪਿਆ। ਅੱਛਾ ਰਹਿਤ ਹੋ ਜਾ ਸੀ ਮੰਡ ਕੇ ਉਹ ਸੀ ਸਗੀਰ ਖਾਨ ਜਿਹੜਾ ਇਸ ਡੇਰੇ ਤੇ ਆਇਆ ਨਾ ਉਹਨੂੰ ਖੁਸ਼ ਕਰਕੇ ਗਲਿਆ, ਔਰ ਘਰ ਜਾ ਕੇ ਫੋਨ ਕਰਦਾ ਕਿ ਬਾਈ ਜਾਨ ਤੋਂ ਸਾਡੀ ਇੱਜ਼ਤ ਕੀਤੀ ਤੇਰੀ ਮਿਹਰਬਾਨੀ, ਹੋਣਾ ਵੀ ਨਹੀਂ ਚਾਹੀਦਾ ਕਿਉਂਕਿ ਰੇਜ ਕੱਲਾ ਕੋਲ ਹੈ, ਥੋੜਾ ਖਾ ਲਿਓ ਇੱਜ਼ਤ ਦਾ ਖਾਓ, ਸਗੀਰ ਖਾਨ ਵਕਾਰ ਬਣਾਇਆ ਵੇ, ਪੈਸਾ ਘੱਟ ਕਮਾਇਆ ਤੱਲਾ ਕਮਾਇਆ। ਹਾਂਜੀ ਦੋਸਤੋ, ਹਸਨ ਰਜ਼ਾ ਦੀ ਦੂਸਰੀ ਘੋੜੀ ਬਰੇਡਰ ਘੋੜੀ, ਇਹਦੇ ਥੱਲੇ ਜਨਾਬ ਵਛੇਰੀ ਹੈ, ਘੋੜੀ ਦੀ ਸੌਂਬ ਗਾਮਚੀ ਨੂੰ ਨਜ਼ਰ ਮਾਰ ਲਓ, ਜੋੜ ਮੁੱਠੇ ਗਰਦਨ ਘੋੜੀ ਦੀ, ਬਾਕੀ ਸਾਰੀ ਤੁਹਾਨੂੰ ਚੈੱਕ ਕਰਵਾਉਂਦੇ ਹਾਂ। ਹੇਠ ਇਹਦੇ ਬਾਅਦ ਮੁਸ਼ਕੀ ਵਛੇਰੀ ਹੈ ਜਨਾਬ, ਘੋੜੀ ਦੀ ਚੜੀ ਵੀ ਚੈੱਕ ਕਰਨੇ ਆ, ਵਛੇਰੀ ਨੂੰ ਵੀ ਨਜ਼ਰ ਮਾਰੋ, ਮਾਸ਼ਾਅੱਲਾ ਪਿਛਲੀ ਜੋੜੀ ਇਹਦੀ ਧੋਤੀ ਹੋਈ ਹੈ, ਮਾਸ਼ਾਅੱਲਾ ਇਹਦੀ ਚੜੀ ਚੈੱਕ, ਮੋਖਿਆ ਚੜ੍ਹ ਸਿਆ ਇਹਦੇ ਉੱਤੇ, ਚੜ ਜਾ ਚੜੀ ਚੈੱਕ ਕਰਾ ਤੇ ਬਾਕੀ ਗੱਲਾਂ ਬਾਅਦ। ਹੱਥ ਪੈਰ ਤੇਰੇ ਵੀ ਮੁੱਠੇ ਪੈ ਗਏ ਨੇ ਮੋਖਿਆ ਲੱਗਦਾ ਮੈਨੂੰ, ਉਹੀ ਤਾਂ ਸਗੀਰ ਖਾਨ ਕਾਤੀ ਬਹੁਤ ਵੱਡਾ ਮੋਖਾ ਕੇ ਕਰੇ। ਅੱਛਾ ਸਗੀਰ ਖਾਨ ਮੈਂ ਤਾਂ ਨਾਲ ਪੌੜੀ ਲਾਉਣੀ ਪੈ ਗਈ। ਅੱਛਾ ਚਲੋ ਹੁਣ ਇੰਜ ਤੇ ਵਗ ਨਹੀਂ ਜਾਂਦੇ, ਸਜਣਾ ਦੋਵਾਂ ਜਾਨਵਰਾਂ ਨੂੰ ਨਜ਼ਰ ਮਾਰ ਲਓ, ਔਰ ਟੋਰੇ ਵਾਲੀ ਗੋੜੀ ਹੈ, ਵਾਹ ਬਾਈ ਵਾਹ, ਵਾਹ ਗੋੜੀ ਵਾਹ, ਮੋਖਿਆ ਟੋਰ ਕੇ ਲਾਇਆ ਜ਼ਰਾ, ਵਾਹ ਗੋੜੀ ਵਾਹ, ਮੋੜ ਲਾ
ਬਾ ਡੱਕ ਦੇ ਯਾਰ ਗੋੜੀ ਵਾਹ ਥੋੜੀ ਫਨਕਾਰੀਆਂ ਹੈ ਨਾ ਬਸ 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 ਇਹਨੂੰ ਇੰਚੀ ਟੇਪ ਕਰੋ ਜੀ ਗੋੜੀ ਹੋਰ ਲੈ ਜਾ ਇੱਥੇ ਗੋੜੀ ਇੰਚੀ ਟੇਪ ਕਰਾ ਬਸ ਘਾਟ ਹੈ ਗੋੜੀ ਕੀ ਉਮਰ ਉਮਰ ਸਗੀਰ ਖਾਨ 5 ਸਾਲ ਮੂੰਹ ਪੱਟੀ ਵੱਲ ਮਾ ਮੂੰਹ ਪਾਟ ਗੋਰ ਪਿਛਲੇ ਦੋ ਪੈਰ ਜੋੜੀ ਧੋਤੀ ਹੋਈ ਮੱਥੇ ਦੇ ਵਿਚ ਆ ਵੇਖ ਲਾ ਭਾਣ ਪੱਤਾ ਦੇ ਬਾਈ ਮੁਸ਼ਕੀ ਵਛੇਰੀ ਮਗਰ ਵਧੀ ਨੇ ਯਕ ਰੰਗੀ ਮੁਸ਼ਕੀ ਵਛੇਰੀ ਥੋੜੀ ਜਿਹੀ ਵਛੇਰੀ ਅਲ ਕਰੇ ਵਛੇਰੀ ਵੇਖ ਜਿਵੇਂ ਮੁਰਗਾ ਵੀ ਆਉਂਦੀ ਹੈ ਇਹ ਹੁਣ ਬਾਜ ਜੀ ਅੱਠਾਂ ਦੇ ਆਉਂਦੀ ਹੈ ਜੀ ਹੈ ਗੋੜਾ ਕ੍ਰਾਸ ਕੋਈ ਨਹੀਂ ਨਹੀਂ ਅਜੇ ਕੋਈ ਨਹੀਂ ਕਰਾਇਆ ਗੋੜਾ ਕ੍ਰਾਸ 11ਵੇਂ ਤੇ ਆਉਣਾ 11ਵੇਂ ਤੇ ਜੀ 11ਵੇਂ ਤੇ ਕਿਹੜਾ ਕ੍ਰਾਸ ਫੈਸਲ ਡਾਬਾ ਵਾਲਾ ਚੱਕਰ ਵਸਾ ਹੈ ਨੁਕਰਾ ਚਲੋ ਕੇ ਪਤਾ ਕਿਸ ਮਨ ਦੇ ਵਿੱਚ ਕੋਈ ਅੱਛਾ ਕਿਸੇ ਦਾ ਮੁਕੱਦਰ ਚਮਕ ਜਾਵੇ ਜੀ ਹਾਂ ਡਿਮਾਂਡ ਆਪਣੀਆਂ ਸਗੀਰ ਖਾਨ ਮੁਨਾਸਿਬ ਹੁੰਦੀ ਆ ਜਿਹੜੀ ਵਛੇਰੀ ਦੇ ਮਗਰ ਵਧੀਆ ਨਾ ਜੀ 6 ਮਹੀਨਿਆਂ ਤੋਂ ਬਾਅਦ 5 ਲੱਖ ਦੀ ਵਛੇਰੀ ਬਹੁਤ ਢੇਰ ਚੰਗੀ ਵਛੇਰੀ ਹੈ ਸਗੀਰ ਖਾਨ ਵਛੇਰੀ ਅੱਗੇ ਚੀਕੇ ਨਹੀਂ ਥੋੜੀ ਜਿਹੀ ਗਰੇ ਵਛੇਰੀ ਕਰਾ ਅੱਠਾਂ ਦਿਨਾਂ ਦੀ ਵਛੇਰੀ ਐ ਮਲੂਮ ਹੁੰਦਾ ਮੁਰਗਾਬੀ ਵਧੀਆ ਸਗੀਰ ਖਾਨ ਹਾਂ ਕਨੌਤੀ ਵਛੇਰੀ ਦੀ ਵੇਖ ਸੀਨਾ ਗਰਦਨ ਬੂਥੀ ਪੁੱਠਾ ਢੇਰ ਡਾਢੀ ਵਛੇਰੀ ਹੈ ਸਗੀਰ ਖਾਨ ਇਹ ਕਿਸੇ ਵਪਾਰੀ ਕੋਲ ਖੱਲੀ ਹੁੰਦੀ ਨਾ ਉਸੇ ਦਾ 12 ਲੱਖ ਵੇਲੇ 15 ਲੱਖ ਮੰਗਣਾ ਹੈ ਆਪਣੀਆਂ ਡਿਮਾਂਡਾਂ ਜਾਇਜ਼ ਹੁੰਦੀਆਂ ਤੇ ਮੇਰੇ ਨਾਲ ਬੰਦੇ ਇਸ ਤਰ੍ਹਾਂ ਹੀ ਕਰਦੇ ਨੀ ਸਗੀਰ ਖਾਨ ਜਿਨ੍ਹਾਂ ਨੂੰ ਸਮਝ ਹੋਵੇ ਜਾਨਵਰ ਦੀ ਉਹ ਆ ਦਿਨ ਬਾਜ ਜੀ ਤੂੰ ਭੇਜ ਦੇ ਜਿਹੜੀ ਡਿਮਾਂਡ ਤੁਸੀਂ ਕੀਤੀ ਹੈ ਨਾ ਕਿਰਾਇਆ ਸਿਰਫ ਸਾਨੂੰ ਛੱਡ ਦੇ ਸਾਰੇ ਮੁਕੰਮਲ ਤੇ ਇਹਨੂੰ ਭੇਜਦੇ ਪਏ ਤੇ ਸਿਰਫ ਜਿਹੜਾ ਨਾ ਕਿਰਾਇਆ ਤੂੰ ਆਪ ਭਰਨਾ ਵੇ ਤੇ ਮੁੜਨ ਜੇ ਸੇਰ ਕੇ ਆ ਖਪਾਵਣਾ ਉਹਨਾਂ ਨੂੰ ਗਲਤ ਡੀਲ ਕਿਉਂ ਕਰਨਾ ਜਾਨਵਰ ਜੋ ਹੈ ਮੇਰਾ ਇਤਨੇ ਪੈਸਿਆਂ ਦਾ ਉਹਦੇ ਵਿੱਚ 50,000 ਬੰਦਾ ਵੱਧ ਦੱਸ ਲੈਂਦਾ ਵੇ ਉਹਦੇ ਵਿੱਚ ਜਿਹੜਾ ਹੈ ਵੇਖਣ ਵਾਲਾ ਨਵਾਂ ਬੰਦਾ ਉਹਦਾ ਤੂੰ ਇਤਰਾ ਕੱਢ ਦਿੰਦੇ ਮੈਨੂੰ ਪੈਸੇ ਮੰਗ ਕੇ ਉਹ ਨਵਾਂ ਬੰਦਾ ਤਾਂ ਸ਼ੋਦਾ ਗੱਲ ਹੀ ਨੀ ਕਰ ਸਕਦਾ ਬਈ ਮੈਂ ਹੁਣ ਇਹਨਾਂ ਨੂੰ ਮੁੱਲ ਕੀ ਆਖਾਂ ਜਿਹੜਾ ਹੈ ਬਾਜੀ ਜਾਣਨ ਵਾਲਾ ਬੰਦਾ ਮੇਰੇ ਨਾਲ ਹਕੀਕਤ ਇਹ ਗੱਲ ਹੈ ਸਗੀਰ ਖਾਨ ਉਸ ਰੋਲਾ ਹੀ ਕਦੀ ਨੀ ਪਾਇਆ ਬਹੁਤ ਤਿਰਖੀ ਸ਼ੂਤਰ ਬਾਜ ਸਪੀਟਰ ਗੋੜੀ ਇਹ ਨਹੀਂ ਬਈ ਅੰਜੇ ਆਮ ਰੂਟੀਨ ਨਾਲ ਨਾ ਬਹੁਤ ਤਿਰਖੀ ਹੈ ਮੁਕਾਬਲੇ ਵਾਲੀ ਗੋੜੀ ਹੈ ਬਾਜਾ ਹਾਂ ਜੀ ਦੋਸਤੋ ਹਸਨ ਰਜ਼ਾ ਦੀ ਤੀਸਰੀ ਗੋੜੀ
ਕੋੜੀ ਚੈੱਕ ਕਰੋ, ਸੌਂਪ ਗਾਮਚੀ, ਸੀਨਾ, ਕੰਨ ਖਨੌਤੀ, ਜੋੜ ਮੁੱਠੇ, ਸਵਾਰੀ ਦੀ ਕੀ ਹੋ ਜਾਈਏ ਲੈ ਜਾਵੇ ਲੋ ਜੀ ਇਹਦੀ ਡਿਟੇਲ ਲੈਣੇ ਆਸਣ ਦਾ ਕੋ ਆਸਣ ਦਾ ਗੋੜੀ ਦੀ ਕੀ ਉਮਰ ਹੈ ਉਮਰ 24 ਹੈ ਭਾਈ ਇਹਦਾ ਰੰਗ ਰੰਗ ਕੁਮੈਤ ਕੁਮੈਤ ਹੈ ਜੀ ਆ ਮੱਥੇ ਪੱਟਾ ਕਦ ਕਿੱਦਾਂ ਕਦ 59 ਹੋ ਸੀ ਬੱਚੇ ਚੜੇ ਵੱਤੇ ਬਾਬੇ ਚੜੇ ਵੱਤੇ ਸੋਹਣਾ ਜਾਨਵਰ ਉੱਠੇ ਸੀਨੇ ਵੱਲ ਸੌਂਪ ਗਾਮਚੀ ਬਿਆਨ ਦਾ ਵੀ ਖਾ ਕਨੁੱਤੀ ਅੱਗੂ ਸਗੀਰ ਖਾਨ ਲੱਭਦੀ ਗਈ ਮੰਗਾ ਜਿੱਥੇ ਮੰਗਾਈ ਜਾਂਦੀ ਪਈ ਉਸ ਚੋ ਤੂੰ ਅਗਰ ਫੀਸਦ ਕੱਢ ਕੇ ਲੈਵੇ ਨਾ ਤਾਂ ਮੇਰੇ ਬਹੁ ਕੰਮ ਰਹੇ ਹਾਂ ਜੀ ਦੋਸਤੋ ਹਸਨ ਰਜ਼ਾ ਦੀਆਂ ਗੋੜੀਆਂ ਤੁਸੀਂ ਵੇਖ ਲਈਆਂ ਡਿਟੇਲ ਸਾਰੀ ਦੋਸਤਾਂ ਨਾਲ ਸ਼ੇਅਰ ਹੋ ਗਈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਇਹਦੇ ਨਾਲ ਆਪਣੇ ਵੀਰ ਸੰਗੀਰ ਅਬਾਸ ਦੇਣ ਨੂੰ ਦਿਓ ਇਜਾਜ਼ਤ ਸਲਾਮ।